ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਖੁਸ਼ਖਬਰੀ ਕਰੋਨਾ ਦੀ ਵੈਕਸੀਨ ਲਗਵਾਓ ਤੇ ਪਾਵੋ ਇਸ ਤਰ੍ਹਾਂ ਪੈਸੇ ਹੀ ਪੈਸੇ ਆਈ ਵੱਡੀ ਤਾਜ਼ਾ ਖਬਰ ਦੋਸਤੋ ਜੇਕਰ ਤੁਸੀਂ ਕਰੋਨਾ ਦੀ ਵੈਕਸੀਨ ਲਗਵਾ ਲਈ ਆ ਤਾਂ ਕਮੈਂਟ ਸੈਕਸ਼ਨ ਚੋਂ ਯੈਸ ਲਿਖੋ ਨਹੀਂ ਤਾਂ ਤੁਸੀਂ ਨੋ ਲਿਖ ਸਕਦੇ ਹੋ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਕਰੋਨਾ ਦੀ ਵੈਕਸੀਨ ਲਗਵਾਓ ਤੇ ਪਾਓ ਇਸ ਤਰ੍ਹਾਂ ਪੈਸੇ ਇਸ ਸਮੇ ਇੱਕ ਅਦੇਹੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਕੁਝ ਦਿਨ ਪਹਿਲਾਂ ਹੀ ਗੁਜਰਾਤ ਦੇ ਵਿੱਚ ਸੋਨੇ ਦੇ ਗਹਿਣੇ ਤੋਹਫੇ ਦੇ ਰੂਪ ਵਿੱਚ ਦਿੱਤੇ ਗਏ ਤਾਂ ਕੁਝ ਲੋਕਾਂ ਨੇ ਕਰੋਨਾ ਟੀਕਨ ਕਰਵਾ ਰਹੇ ਸਨ ਉੱਥੇ ਹੀ ਹੁਣ ਗੁਰੂਗ੍ਰਾਮ ਦੇ ਇੱਕ ਰੈਸਟੋਰੈਂਟ ਦੇ ਵਿੱਚ ਕਰੋਨਾ ਟੀਕਾ ਕਰਵਾਉਣ ਵਾਲੇ ਲੋਕਾਂ ਦੇ ਲਈ ਸ਼ਾਨਦਾਰ ਆਫਰ ਦਿੱਤੀ ਗਈ ਆ ਉੱਥੇ ਹੀ ਹੁਣ ਸਰਕਾਰੀ ਖੇਤਰ ਦੇ ਸੈਂਟਰਲ ਬੈਂਕ ਦੇ ਵੱਲੋਂ ਕਰੋਨਾ ਟੀਕਾਕਰਨ ਕਰਵਾਉਣ ਵਾਲੇ ਲੋਕਾਂ ਨੂੰ FD ਦੇ ਉੱਤੇ 4% ਦੀ ਜ਼ਿਆਦਾ ਵਿਆਜ ਦੇਣ ਦਾ ਐਲਾਨ ਕੀਤਾ ਗਿਆ ਹੈ ਜਿਨ੍ਹਾਂ ਲੋਕਾਂ ਨੇ ਟੀਕਾਕਰਨ ਕਰਵਾ ਲਿਆ ਹੈ ਉਹਨਾਂ ਨੂੰ ਐਫ ਡੀ ਦੀ ਦਰ ਦੇ ਨਾਲ 25 ਬੇਸਿਸ ਪੁਆਇੰਟ ਵਧੇਰੇ ਵਿਆਜ ਦਿੱਤਾ ਜਾਵੇਗਾ ਬੈਂਕ ਇੱਕ ਸਪੈਸ਼ਲ ਡਿਪੋਜ਼ਿਟ ਸਕੀਮ ਨੂੰ ਇਮਿਊਨ ਇੰਡੀਆ ਡਿਪੋਜ਼ਿਟ ਯੋਜਨਾ ਲੈ ਕੇ ਆਇਆ ਹੈ ਜਿਸ ਦੇ ਅਨੁਸਾਰ 1111 ਦਿਨ ਯਾਨੀ ਕਿ 3 ਸਾਲ ਤੋਂ ਜ਼ਿਆਦਾ ਦੇ ਐਫ ਡੀ ਦੇ ਉੱਤੇ ਇਸ ਸਕੀਮ ਦੇ ਤਹਿਤ ਉਹਨਾਂ ਲੋਕਾਂ ਨੂੰ ਹੀ ਵਿਆਜ ਦਿੱਤਾ ਜਾਵੇਗਾ ਜਿਨ੍ਹਾਂ ਨੇ ਕਰੋਨਾ ਦਾ ਟੀਕਾਕਰਨ ਕਰਵਾਇਆ ਹੈ ਸੀਨੀਅਰ ਇਸ ਤੋਂ ਇਲਾਵਾ ਵੱਖਰਾ 25% ਹੋਰ ਜਾਣਕਾਰੀ ਜਾਨੀ ਕਿ 50% ਦੀ ਪੁਆਇੰਟ ਵਧੇਰੇ ਦਿੱਤੇ ਜਾਣਗੇ ਵੈਸੇ 3 ਤੋਂ 5 ਸਾਲਾਂ ਦੀ ਐਫ ਡੀ ਦੇ ਉੱਤੇ 5.10 5.10 ਫੀਸ ਦੀ ਵਿਆਜ ਸੀ ਜੋ ਹੁਣ 5.35 ਫੀਸ ਦੀ ਮਿਲ ਸਕਦਾ ਹੈ ਬਹੁਤ ਸਾਰੇ ਲੋਕ ਇਸ ਯੋਜਨਾ ਦਾ ਫਾਇਦਾ ਵੀ ਲੈ ਚੁੱਕੇ ਹਨ ਦੋਸਤੋ ਤੁਹਾਨੂੰ ਕੀ ਲੱਗਦਾ ਵੀ ਇਸ ਯੋਜਨਾ ਦਾ ਫਾਇਦਾ ਲੈਣਾ ਚਾਹੀਦਾ ਜਾਂ ਨਹੀਂ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ Yes ਜਾਂ No ਲਿਖ ਸਕਦੇ ਹੋ ਧੰਨਵਾਦ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ